ਮੰਮੀ ਵੇ ਮੰਮੀ ਆਏ ਹੋਏ ਸੀ ਤੇ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਦੱਸਣ ਦਾ, ਮੈਨੂੰ ਫੋਨ ਤੇ ਕਰ ਦੇ। ਤੇ ਤੈਨੂੰ ਘਰ ਕੁਛ ਨਹੀਂ ਦੱਸ ਕੇ ਆਈ ਸੀ? ਲੈ ਮੰਮੀ ਉਹ ਕਿਤੇ ਵੀ ਚਲ ਜਾਂਦੇ ਆ ਆ ਜਾਂਦੇ ਆ, ਮੈਨੂੰ ਕੁਝ ਦੱਸ ਕੇ ਜਾਂਦੇ। ਮੈਂ ਤਾਂ ਕੱਲ੍ਹ ਨੂੰ ਪੁੱਛਿਆ, ਮੈਂ ਨਾ ਬਿਮਲ ਦਾ ਫੋਨ ਆਇਆ ਨਾ ਕੋਈ ਗੱਲ ਨਾ ਬਾਤ, ਤੁਸੀਂ ਆ ਗਏ ਤੇ ਦੱਸ ਕੇ ਤੇ ਆਉਣਾ ਸੀ। ਨਾ ਬਿਮਲ ਨੇ ਫੋਨ ਕੀਤਾ, ਮੈਂ ਤਾਂ ਉਹਦੀ ਨੂੰ ਪਹਿਲੇ ਗੱਲ ਸਹੀ। ਉਹ ਨਹੀਂ ਦੱਸਦੇ ਹੁੰਦੇ, ਉਹ ਆਪਣੀ ਮਨ ਮਰਜ਼ੀ ਦੇ ਮਾਲਕ ਹੈ, ਜਿੱਥੇ ਜੀ ਕਰਦਾ ਚਲ ਜਾਂਦੇ ਆ, ਜਿੱਥੇ ਜੀ ਕਰਦਾ ਆ ਜਾਂਦੇ ਆ। ਤੇ ਤੁਸੀਂ ਤੁਹਾਡੇ ਕੋਲ ਇੱਥੇ ਕੀ ਕਰਨ ਆਏ ਸੀ? ਉਹ ਸਲਾਹਾਂ ਦੇਣ ਆਈ, ਜਿਹੜੀ ਤੂੰ ਆਂਦੀ ਮੈਨੂੰ ਕੁਛ ਨਹੀਂ ਪਤਾ, ਉਹ ਆਂਦੀ ਮੈਨੂੰ ਸਭ ਪਤਾ। ਉਹ ਆਈ ਇੱਥੇ, ਉਹ ਕਹਿੰਦੀ ਤਰ੍ਹਾਂ ਤਰ੍ਹਾਂ ਮੈਨੂੰ ਪਤਾ ਲੱਗਾ ਵਾ ਵੀ ਰਾਣੀ ਵੱਲੋਂ ਕਹਿਣ ਡੀ ਸੀ ਵੀ ਮੇਰੇ ਕੋਲ ਕੁੜੀ ਹੈਗੀ ਆ, ਏਦਾਂ ਕਰ ਲਾ ਉੱਦਾਂ ਕਰ ਲਾ। ਤੇ ਮੈਂ ਵੇਖੂੰਗੀ, ਸੋਚੂੰਗੀ, ਪੁੱਛੂੰਗੀ, ਫਿਰ ਮੈਂ ਕਹਿ ਸਕਦੀ ਹਾਂ, ਜੇ ਮੈਂ ਕੁਛ ਨਹੀਂ ਕਹਿ ਸਕਦੀ। ਮੰਮੀ ਉਹਨਾਂ ਦਾ ਵੀ ਦਿਮਾਗ ਹੋ ਗਿਆ ਵਾ ਖਰਾਬ, ਤੁਹਾਡਾ ਤਾਂ ਠੀਕ ਆ ਨਾ? ਆਹ ਗੱਲਾਂ ਚੰਗੀਆਂ ਵਾ ਤੁਹਾਡੇ ਵਾਸਤੇ ਜਿਹੜੀਆਂ ਤੁਸੀਂ ਕਰਨ ਡਈ ਹੋ। ਹੁਣ ਤੇਰੀ ਸੱਸ ਆਈ ਆ, ਕੁੜਮਣੀ ਲੱਗਦੀ ਆ, ਹੁਣ ਉਹਦੀ ਜੇ ਮੈਂ ਗੱਲ ਨਾ ਸੁਣਦੀ ਤਾਂ ਫਿਰ ਕਿਤਰਾ ਚੰਗਾ ਲੱਗਦਾ? ਮੰਮੀ ਤੁਸੀਂ ਵੀ ਕੋਈ ਹਾਮੀ ਭਰੀ ਹੋਊਗੀ। ਸਤਿ ਸ਼੍ਰੀ ਅਕਾਲ, ਮੈਂ ਫੋਨ। ਸਤਿ ਸ਼੍ਰੀ ਅਕਾਲ ਸਿਮਰਤ, ਹੋਰ ਕੀ ਹਾਲ ਆ? ਹਾਂਜੀ ਵੀਰੇ, ਤੁਸੀਂ ਠੀਕ ਜੀ? ਹਾਂ ਵਧੀਆ। ਮੈਂ ਕੋਈ ਹਾਮੀ ਨਹੀਂ ਭਰੀ। ਤੇ ਮੰਮੀ ਉਹਨੇ ਸਾਰੀਆਂ ਤੇ ਕਿਉਂ ਗੱਲਾਂ ਕਰਨ ਡਈ? ਮੈਂ ਉਹਨਾਂ ਦੀਆਂ ਫੋਨ ਤੇ ਗੱਲਾਂ ਸੁਣੀਆਂ ਵਾ, ਪਰ ਮੈਂ ਕਿਹਨੂੰ ਆਖਣ ਡਈ ਕਿ ਉਹ ਘਰ ਵਸਾਉਣਾ ਵਾ? ਮੈਂ ਤੇ ਇਹੋ ਕਿਹਾ ਵੀ ਮੈਂ ਸਲਾਹ ਕਰਾਂਗੀ, ਪੁੱਛਾਂਗੀ ਰਾਣੀ ਨੂੰ, ਫਿਰ ਦੱਸਾਂਗੀ। ਅਜੇ ਕੁਛ ਨਹੀਂ ਮੈਨੂੰ ਪਤਾ, ਮੈਂ ਆ ਕਹਿ ਕੇ ਥੱਲੇ। ਦੀਦੀ ਮੰਮੀ ਮੰਮੀ ਨੇ ਇਹੋ ਗੱਲ ਹੀ ਸਮਝਾਉਂਦੀ ਆ, ਪਰ ਮੰਮੀ ਮੰਨਣ ਦੀ ਤਿਆਰ ਹੀ ਨਹੀਂ ਹੈਗੀ। ਸਿਮਰਤ ਆ ਗੱਲਾਂ ਚੰਗੀਆਂ ਵਾ ਕਿਤੇ, ਉਹ ਘਰ ਹੈਗੀ ਆ, ਤੁਹਾਨੂੰ ਪਤਾ ਪੱਕਾ ਪਤਾ, ਤੁਸੀਂ ਰੱਬ ਜੇ ਕਿ ਹੋਣਾ ਹੀ ਨਹੀਂ ਉਹਦੇ ਘਰ ਬੱਚਾ, ਤੁਸੀਂ ਕੁੜੀਆਂ ਵੇਖਣ ਲੱਗ ਪਏ ਜੇ, ਉਹ ਜੀ ਮੇਰੀ ਸੱਸ ਤੁਹਾਨੂੰ ਗੱਲਾਂ ਚ ਲਿਆਉਣ ਵਾਲੀ। ਮੈਂ ਥੋੜੀ ਗਈ ਹਾਂ, ਚੱਲ ਕੇ ਤਾਂ ਉਹ ਆਈ ਸੀ, ਤੇ ਮੈਨੂੰ ਤਾਂ ਉਹਦੀ ਗੱਲ ਸੁਣਨੀ ਪਊਗੀ ਨਾ। ਮੰਮੀ ਜ਼ਰੂਰੀ ਨਹੀਂ ਆ ਕਿ ਉਹਦੇ ਬੱਚਾ ਹੋਵੇ ਭਾਵੇਂ ਨਾ ਹੋਵੇ, ਵੀ ਆਹ ਗੱਲਾਂ ਬਿਲਕੁਲ ਗਲਤ ਆ ਤੁਹਾਡੇ ਵਾਸਤੇ। ਅਜੇ ਤਾਂ ਮੈਂ ਕੁਛ ਕੀਤਾ ਨਹੀਂ, ਤੂੰ ਆਖਣ ਦੀ ਗਲਤ ਆ, ਸਹੀ ਕੀ ਹੈ ਦੱਸ ਦਿਓ ਫਿਰ। ਮੰਮੀ ਤੁਹਾਡਾ ਫਰਜ਼ ਪਤਾ ਕੀ ਬਣਦਾ, ਜਦੋਂ ਇੱਥੇ ਆਏ ਸੀ ਨਾ ਮੰਮੀ, ਤੁਸੀਂ ਉਦੋਂ ਹੀ ਉਹਨਾਂ ਨੂੰ ਰੋਕਦੇ ਕਿ ਨਹੀਂ ਭੈਣ ਜੀ ਇੱਦਾਂ ਦੀ ਨਹੀਂ ਕੋਈ ਗੱਲ ਹੈਗੀ, ਕੋਈ ਗੱਲ ਨਹੀਂ, ਬੱਚਾ ਹੋਵੇ ਨਾ ਹੋਵੇ ਆਹ ਤਾਂ ਹੈਗੀ ਆ ਨਾ, ਆਪੇ ਉਹਦੇ ਘਰ ਬੱਚਾ ਹੋ ਜੂਗਾ। ਨਹੀਂ ਮੈਂ ਬਾਹਰ ਕੱਢ ਦਿੱਤੀ, ਉਹਦੀਆਂ ਸੁਣਨੀਆਂ ਸੀ ਨਾ ਜੀ ਤੂੰ ਚੱਲ ਕੇ ਆਈ ਤੇ। ਸੁਣਦੇ ਮੈਂ ਨਹੀਂ ਕਹਿੰਦੀ ਉਹਨੂੰ ਬਾਹਰ ਕੱਢ ਦਿੰਦੇ, ਪਰ ਆਪਾਂ ਹਾਮੀ ਨਾ ਭਰਦੇ ਨਾ, ਤੁਸੀਂ ਕੋਈ ਹਾਮੀ ਭਰੀ ਆ ਤੇ ਅਗਲੀ ਫੋਨ ਤੇ ਇੱਥੇ ਗੱਲਾਂ ਕਰਨ ਦੇ ਆ ਕਿਸੇ ਦੇ ਨਾਲ? ਤੁਸੀਂ ਆਪ ਸਿਆਣੇ ਜੇ, ਤੁਹਾਨੂੰ ਪਤਾ ਵਾ ਨਾ ਤੁਹਾਡੀਆਂ ਗੱਲਾਂ, ਕੱਲ ਨੂੰ ਮੈਨੂੰ ਮਿਹਣੇ ਦੇਣੇ ਉਹਨੇ, ਭਾਵੇਂ ਤੁਹਾਡੇ ਨਾਲ ਰਲ ਕੇ ਡਈ ਆ, ਤੇ ਕੱਲ ਨੂੰ ਉਹਨੇ ਪਤਾ ਕਿੰਨੀਆਂ ਗੱਲਾਂ ਮੈਨੂੰ ਕਰਨੀਆਂ ਵਾ, ਕੋਈ ਵੀ ਗੱਲ ਹੋਈ ਮੈਨੂੰ ਮਿਹਣੇ ਦਿਆ ਕਰੂਗੀ। ਦੀਦੀ ਮੰਮੀ ਨੇ ਇਹੋ ਗੱਲ ਮੰਮੀ ਨੂੰ ਸਮਝਾਉਣ ਨਹੀਂ ਕਿ ਨਾ ਜੀ ਉਹਨਾਂ ਨਾਲ ਗੱਲ ਕਰੋ, ਇਹ ਉਹਨਾਂ ਨੇ ਗੱਲ ਕੀਤੀ ਨਹੀਂ ਤੇ ਇਹਨਾਂ ਨੇ ਮਿੰਟੋ ਮਿੰਟ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਉਹਦੇ ਨਾਲ ਕੋਈ ਗੱਲ ਹੀ ਨਹੀਂ ਕੀਤੀ, ਉਹ ਆਪਣਾ ਸੁਨੇਹਾ ਦੇ ਕੇ ਚਲੀ ਗਈ ਆ, ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਦੇ ਨਾਲ, ਤੈਨੂੰ ਵੀ ਕਿੱਥੋਂ ਕੰਨ ਭਰ ਗਏ ਤੇਰੇ ਵੀ। ਮੰਮੀ ਉਹ ਠੀਕ ਕਿੰਦੀ ਪਈ ਆ, ਗਲਤ ਨਹੀਂ ਕਿੰਦੀ ਪਈ। ਮੈਂ ਗਲਤ ਮੈਨੂੰ ਹੀ ਕਰਨ ਡਈ ਆ, ਮੈਂ ਸਾਰਿਆਂ ਦੀ ਦੁਸ਼ਮਣ ਆ ਨਾ, ਤਾਂ ਮੈਂ ਗਲਤ ਕਰਦੀ ਪਈ ਆ। ਮੰਮੀ ਮੈਂ ਇਹ ਨਹੀਂ ਕਿੰਦੀ ਕਿ ਤੁਸੀਂ ਦੁਸ਼ਮਣ ਜੇ, ਤੁਹਾਨੂੰ ਪਤਾ ਨਹੀਂ ਹੋਈ ਕੀ ਗਿਆ ਵਾ, ਤੁਸੀਂ ਬੜੇ ਚੰਗੇ ਹੁੰਦੇ ਸੀ ਪਹਿਲੇ, ਜੇ ਗੱਲਾਂ ਕੀਤੀਆਂ ਸੀ ਤਾਂ ਹੀ ਇੱਥੋਂ ਤੱਕ ਆਈ, ਨਹੀਂ ਤਾਂ ਉਹਨੇ ਅੱਜ ਤੱਕ ਨਹੀਂ ਆਈ, ਅੱਜ ਕਿਉਂ ਆਈ? ਮੰਮੀ ਜੀ ਮੈਂ ਹੁਣ ਨਹੀਂ ਗੱਲਾਂ ਕੀਤੀਆਂ, ਪਹਿਲੇ ਪਹਿਲੇ ਗੱਲ ਹੋਈ ਸੀ ਜਦੋਂ ਤੁਹਾਨੂੰ ਮੈਂ ਕਿਹਾ ਸੀ ਫੋਨ ਦੇ ਕਿ ਮੰਮੀ ਗੁੱਸਾ ਕਰਨ ਦੇ ਸੀ, ਰਾਜੂ ਵੀ ਗੁੱਸਾ ਕਰਨ ਦੇ ਸੀ ਕਿ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਕਿਸੇ ਨੇ, ਤੇ ਉਦੋਂ ਮੰਮੀ ਨਾਲ ਮਾੜੀ ਜਿਹੀ ਗੱਲ ਸ਼ੇਅਰ ਕੀਤੀ ਸੀ ਕਿ ਕੱਲ ਨੂੰ ਇਹਨਾਂ ਨੂੰ ਪਤਾ ਲੱਗੂਗਾ ਤੇ ਫਿਰ ਗੁੱਸਾ ਕਰਨਗੇ ਕਿ ਲੈ ਆਪਣੇ ਘਰ ਦੀਆਂ ਕਿੱਡੀਆਂ ਗੱਲਾਂ ਲੁਕਾਉਂਦੀ ਆ, ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕੁਛ, ਤੇ ਉਦੋਂ ਦਾ ਫਿਰ ਉਹਨੇ ਚੇਤੇ ਰੱਖਿਆ, ਫਿਰ ਉਹ ਆ ਗਈ ਆਂਦੀ ਵੀ ਚੱਲਦੀ ਹੈ ਮੈਂ ਲੂਣ ਚ ਮਿਰਚ ਹੋਰ ਪਾ ਦੇ ਆਉਂਦੀ ਉੱਥੇ। ਤੁਸੀਂ ਮੰਮੀ ਮੇਰੀ ਗੱਲ ਨਹੀਂ ਸਮਝਦੇ ਪਏ। ਮੈਂ ਸਮਝਣ ਨਹੀਂ ਆ, ਤੂੰ ਮੈਨੂੰ ਸਮਝਾਉਣਾ ਕੀ ਆ, ਮੈਂ ਸਮਝਣ ਨਹੀਂ ਆ, ਤੂੰ ਆ ਗਈ ਉੱਥੋਂ ਉੱਠ ਕੇ ਇੱਕ ਸੱਸ ਆ ਗਈ ਤੇਰੀ, ਇੱਕ ਮਗਰੇ ਤੂੰ ਆ ਗਈ, ਤੇਰਾ ਕੀਤਾ ਹੀ ਸਾਰਾ ਕੁਝ ਹੋਇਆ। ਤੇ ਟੈਂਸ਼ਨ ਕਾਹਤੋਂ ਦੇ ਜੇ, ਤੁਹਾਨੂੰ ਸਮਝਾਉਣਾ ਚਾਹੀਦਾ ਵਾ, ਜਿਹੜੀ ਤੁਸੀਂ ਬਸ ਸਮਝਾਓ ਇਹਨਾਂ ਨੂੰ, ਤੁਹਾਨੂੰ ਪਤਾ ਤੇ ਹੈਗਾ ਇਹਨਾਂ ਨਾਲ ਨਾ ਮੈਨੂੰ ਸਾਰੇ ਸਿਮਰਤ ਉਹੀ ਗੱਲ ਕਿੰਨੀ ਪਈ ਆ ਕਿ ਨਹੀਂ ਚੰਗਾ ਲੱਗਦਾ, ਕੱਲ ਨੂੰ ਅਕਸਰ ਮੇਰੀ ਸੱਸ ਆ, ਕੱਲ ਮੈਨੂੰ ਮਿਹਣੇ ਦਊਗੀ ਵੀ ਲੈ ਤੇਰੇ ਪੇਕੇ ਤੇਰੀ ਮਾਂ ਹਾਂ ਕੁਛ ਕਰਦੀ ਫਿਰਦੀ ਆ, ਨਾਲੇ ਉਹ ਕੋਈ ਭੇਡ ਬੱਕਰੀ ਥੋੜੀ ਆ ਵੀ ਅੱਜ ਬੱਚਾ ਹੋਇਆ ਨਹੀਂ ਹੋਇਆ ਤੁਹਾਨੂੰ ਬਾਹਰ ਕੱਢ ਦੋ ਮੁੜ ਕੇ, ਆ ਕਿੱਦਾਂ ਦੀਆਂ ਗੱਲਾਂ ਵਾ ਤੁਹਾਡੀਆਂ? ਤੇ ਫਿਰ ਆਪਣੀ ਸੱਸ ਨੂੰ ਸਮਝਾ ਕੇ ਭੇਜਣਾ ਇਹਨਾਂ ਨੂੰ ਕਿ ਭੇਜਾਈਓ? ਤੇ ਮੈਨੂੰ ਕੀ ਪਤਾ, ਮੈਂ ਤੇ ਆਉਣਾ ਨਹੀਂ ਸੀ ਤੇ ਆਈ ਨਾ ਉਹ।
ਉਹਨੂੰ ਪਤਾ ਲੱਗਾ ਤਾਂ ਹੀ ਇੱਥੇ ਆਈ ਮੇਰੇ ਨਾਲ ਸਿਰ ਖਾਣਾ। ਮੰਮੀ ਮੈਂ ਇਹ ਨੀ ਕਹਿੰਦੀ ਵੀ ਤੁਹਾਡਾ ਕਸੂਰ ਆ, ਮੈਂ ਕਹਿੰਦੀ ਜੇ ਮੰਮੀ ਆ ਹੀ ਗਏ ਸੀ ਨਾ ਤੁਹਾਨੂੰ ਚਾਹੀਦਾ ਸੀ ਮੂੰਹ ਭੰਨਣਾ ਅੱਗੋ, ਕੋਈ ਵੀ ਗੱਲ ਕਰਦੇ ਨਾਲੇ ਮੇਰਾ ਭਰਾ ਇੰਨਾ ਰਿਹਾ ਸੀ ਤੁਸੀਂ ਦੋ ਕੁੜੀਆਂ ਉਹਦੀਆਂ ਪਿੱਛੇ ਜਿਹਦੇ ਨਾਲ ਮੰਮੀ ਰਿਸ਼ਤੇ ਲੱਭਦੀ ਫਿਰਦੀ ਆ। ਮੈਂ ਵੀ ਇਹੋ ਗੱਲ ਹੀ ਦੀਦੀ ਕਹਿਣ ਦੀ ਮੰਮੀ ਨੂੰ ਕਿ ਜਿਹੜੇ ਦੋ ਨਿਆਣੇ ਆ ਉਹ ਤੇ ਮੈਂ ਆਪ ਕੰਨੀ ਸੁਣਿਆ ਸੀ ਇਹੋ ਗੱਲ ਕਿ ਜਦੋਂ ਇੰਨੀ ਗੱਲ ਕਹਿੰਦੇ ਸੀ। ਅਕਸਰ ਦੋਵੇਂ ਨਿਆਣੇ ਵੀ ਨਾਲ ਹੀ ਲਿਆਉਗੀ ਨਾ ਸਾਂਭੇ ਮੁੜ ਕੇ ਹਨਾ, ਬੜੇ ਸੋਹਣੇ ਦਾਦੀ ਦਾਦੀ ਕਰਦੇ ਫਿਰਨਗੇ ਤੁਹਾਨੂੰ ਅੱਗੇ ਪਿੱਛੇ। ਨਾ ਮੈਂ ਉਹਦੇ ਨਾਲ ਪੱਕਾ ਕਰਤਾ ਸੀ ਕਿ ਤੂੰ ਦੋ ਵਾਲੀਆਂ ਲੈ ਆ, ਮੈਂ ਉਹਨੂੰ ਪੱਕਾ ਕਰਕੇ ਕਹਿ ਲਿਆ ਨਾ ਵੀ ਨਹੀਂ ਕੀਤੀ ਮੰਮੀ ਤੁਸੀਂ ਤੇ ਮੈਂ ਕੀ ਕਰਨਾ, ਮੈਂ ਬਾਪ ਦੱਸੂ ਗੱਲ ਕਰਕੇ ਜੀ ਸਮਝ ਲੱਗੀ ਨਾ, ਉਹ ਕੋਈ ਗਲਤ ਨੀ ਕਹਿ ਕੇ ਗਈ, ਜੋ ਹੁੰਦਾ ਦੁਨੀਆਂ ਤੇ ਜੋ ਹੁੰਦਾ ਆ ਰਿਹਾ ਨਾ ਉਹੀ ਕਿਹਾ ਉਹਨੇ। ਪਰ ਮੰਮੀ ਆਪਾਂ ਕਰਨਾ ਵੀ ਕਿਉਂ ਵਾ, ਪਤਾ ਨੀ ਸਿਮਰਨ ਮੰਮੀ ਨੂੰ ਹੋ ਕੀ ਗਿਆ ਵਾ, ਗੱਲ ਨੂੰ ਸਮਝਦੇ ਨੀ ਪਏ। ਮੈਂ ਸਭ ਕੁਝ ਸਮਝਣ ਡਈ ਆ, ਮੈਂ ਇੱਡੀ ਪਾਗਲ ਨੀ ਹੈਗੀ ਤੇ ਮੈਨੂੰ ਤੁਸੀਂ ਪਾਗਲ ਬਣਾਈ ਜਾਣ ਡਿਆ ਜੀ, ਰਲ ਗਈ ਉਹ ਵੀ ਤੇਰੇ ਨਾਲ ਅੱਜ। ਮੰਮੀ ਉਹ ਸਹੀ ਕਹਿੰਦੀ ਪਈ ਆ। ਆਹੋ ਤੁਸੀਂ ਸਾਰੇ ਸਹੀ ਕਹਿੰਦੇ, ਮੰਮੀ ਇੱਕ ਗਲਤ ਕਹਿੰਦੀ ਪਈ ਆ। ਜਿੱਥੇ ਉਹ ਗਲਤ ਹੁੰਦੀ ਆ ਨਾ ਮੈਂ ਕਹਿੰਦੀ ਆ ਕਿ ਗਲਤ ਆ। ਮੰਮੀ ਤੁਹਾਡੀ ਸਹੀ ਆ, ਮੰਮੀ ਤੁਹਾਡੀ ਦੁਖੀ ਆ ਹੈ ਕਿ ਰਾਣੇ ਦੀ ਦੁਖੀ ਆ? ਤੇ ਰਾਣੇ ਦੀ ਦੁਖੀ ਬਣਨ ਦੇ ਜੇ, ਜਦੋਂ ਉਹ ਆਪਣੀ ਜਨਾਨੀ ਨਾਲ ਖੁਸ਼ ਆ ਤੇ ਤੁਹਾਨੂੰ ਕੀ ਲੋੜ ਆ ਵਿੱਚ ਪੰਗੇ ਲੈਣ ਦੀ? ਮੈਨੂੰ ਨੀ ਪੁੱਛਣਾ, ਚੌਵੀ ਘੰਟੇ ਕਰੋ ਭਾਵੇਂ ਨਾ ਕਰੋ, ਜੋ ਮਰਜ਼ੀ ਖੁਸ਼ ਰਵੇ ਆਪਣਾ ਖਾਵੇ ਪੀਵੇ ਹੱਸੇ ਖੇਡੇ, ਪਤਾ ਨੀ ਤੁਹਾਨੂੰ ਕੀ ਚਾਹੀਦਾ ਵਾ। ਨਹੀਂ ਖਾਂਦੇ ਪੀਂਦੇ ਹੀ ਆ, ਭੁੱਖੇ ਥੋੜੀ ਰਹਿਣ ਡੇ ਆਪਾਂ, ਖਾਂਦੇ ਪੀਂਦੇ ਹੀ ਆ ਤਾਂ ਹੀ ਬੋਲਣ ਡੇ। ਸਿਮਰਤ ਤੈਨੂੰ ਵੀ ਪਤਾ ਨਾ ਉਹਦੇ ਤੇ ਕੀ ਬੀਤੀ ਹੋਊਗੀ, ਗਈ ਕਿੱਥੇ ਆ ਹੁਣ? ਤੂੰ ਸਾਰਿਆਂ ਦੀ ਹੇਜਲੀ ਬਣੀ ਫਿਰਦੀ ਹੈ ਹਨਾ, ਮਾਂ ਦੀ ਹੇਜਲੀ ਤਾਂ ਨੀ ਬਣਦੀ, ਉਹ ਤਾਂ ਤੈਨੂੰ ਗਲਤੀ ਨਜ਼ਰ ਆਉਂਦੀ ਸਾਰੇ ਪਾਸੇ, ਜਦੋਂ ਆਉਣੀ ਹੁੰਦਾ ਤੂੰ ਗੱਲਾਂ ਕਰਕੇ ਚਾਰ ਚੱਲ ਜਾਂਦੀ ਹੈ। ਮੰਮੀ ਦੀ ਗਲਤੀ ਹੋ ਤਾਂ ਮੈਂ ਤਾਂ ਮੈਂ ਨਹੀਂ ਕਰਦਾ ਜੀ, ਤੁਸੀਂ ਗਲਤ ਫਿਰ ਕਰ ਲਓ ਸਹੀ ਜੋ ਕਰਨਾ ਜੀ, ਮੈਂ ਚੱਲ ਜਾਂਦੀ ਹਾਂ। ਤੇ ਤੁਹਾਨੂੰ ਕੌਣ ਕਹਿੰਦਾ ਵਾ ਤੁਸੀਂ ਕਰੋ, ਅਸੀਂ ਆਪੇ ਵੇਖ ਲਾਂਗੇ ਕੀ ਕਰੋ। ਮੈਂ ਹੁਣ ਨਾ ਮੇਰੇ ਨਾਲ ਕੋਈ ਗੱਲ ਕਰੇ ਉਹਦੇ ਮਾਮਲੇ 'ਚ, ਜਾਓ ਕਰੋ ਜੋ ਕਰਨਾ ਭਾਜੋ। ਚਲੋ ਮੰਮੀ ਹੁਣ ਗੁੱਸਾ ਨਾ ਕਰੋ, ਜੋ ਦੀਦੀ ਕਰਦੇ ਨੇ ਸਹੀ ਕਰਨ ਦੇ ਆ, ਉਹਨਾਂ ਨੂੰ ਜਿੱਦਾਂ ਸਹੀ ਲੱਗਦਾ ਉਹਨਾਂ ਨੂੰ ਉਦਾਂ ਕਰਨ ਦਿਓ, ਨਾਲੇ ਕਾਫੀ ਸਿਆਣੇ ਉਹਨਾਂ ਨੇ ਆਪੇ ਵੇਖ ਲੈਣਾ ਕੀ ਕਰਨਾ ਕੀ ਨਹੀਂ ਕਰਨਾ। ਤੂੰ ਵੀ ਉਹਦੇ ਮਗਰ ਲੱਗ ਗਈ ਨਾ, ਕਰਨ ਦਿਓ ਹੁਣ ਮੈਨੂੰ, ਤੂੰ ਵੀ ਕੋਈ ਗੱਲ ਨਹੀਂ ਕਹਿਣੀ ਤੇ ਉਹਨੇ ਵੀ ਕੋਈ ਗੱਲ ਨਹੀਂ ਕਹਿਣੀ, ਜੋ ਮਰਜ਼ੀ ਕਰਿਓ ਤੁਸੀਂ, ਮੈਂ ਇਸ ਮਾਮਲੇ 'ਚ ਆਉਣਾ ਹੀ ਨਹੀਂ। ਜਾਓ ਮੰਮੀ ਜੀ ਸਮਝਾਉਂਦੇ ਆ, ਮੰਮੀ ਕਰ ਦਿਓ ਕਰ ਦਿਓ, ਹੁਣ ਆਖਣੀ ਆ ਤੂੰ ਜੋ ਕਰਦੇ ਕਰਨ ਦਿਓ, ਜਾਓ ਫਿਰ ਕਰੋ ਜੋ ਕਰਨਾ। ਮੈਂ ਕਰਨ ਲਈ ਕਿਹਾ ਸੀ, ਮੈਂ ਥੋੜੀ ਕਹੀ ਕਿ ਦੋ ਬੱਚਿਆਂ ਲਈ ਮਾਣਾ ਕਰ ਦਿਓ, ਤੇ ਮੈਂ ਕਿਹੜਾ ਕਰਕੇ ਉਹਦਾ ਲਾਵਾ ਫਿਰ ਲੈ ਕੇ ਲੈ ਆਈ ਅੰਦਰ, ਮੈਂ ਤੁਹਾਨੂੰ ਹਾਂ ਵੀ ਨਹੀਂ ਕੀਤੀ ਤੇ ਤੁਸੀਂ ਚੜ ਗਈਆਂ ਕੋਠੇ ਤੇ। ਅਸੀਂ ਤਾਂ ਸਿਰਫ ਗੱਲ ਹੀ ਕੀਤੀ ਆ, ਤੁਹਾਨੂੰ ਦੋਵੇਂ ਜਣੀਆਂ ਮੇਰੇ ਮਗਰ ਪੈ ਗਈਆਂ ਨੇ, ਇੱਕ ਗੱਲ ਬਾਕੀ ਰਹਿ ਗਈ। ਚਲ ਮੰਮੀ ਛੱਡੋ ਹੁਣ ਗੁੱਸਾ ਨਾ ਕਰੋ, ਤੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਵਾਂ। ਤੁਸੀਂ ਬੋਲਣ ਲੱਗੀ ਆ, ਥੋੜਾ ਸੋਚਿਆ ਕਰੋ, ਉਹ ਵੀ ਆਉਂਦੀ ਹੈ ਨਾ ਠਾਰ ਠਾਰ ਬੋਲਦੀ ਸੀ ਆਵੇ, ਇਹਦੀ ਵੀ ਜ਼ੁਬਾਨ ਖੁੱਲ ਗਈ ਬਹੁਤੀ, ਜੋ ਮਰਜ਼ੀ ਕਰ, ਮੈਨੂੰ ਨਹੀਂ ਕੁਛ ਕਹਿਣਾ ਰਾਣੇ ਦੇ ਮਗਰ, ਨਾ ਸ਼ਮੀਰ ਮਗਰ ਜੋ ਕਰਨਾ ਕਰੋ। ਚਲੋ ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਬਣਾ ਕੇ। ਮੈਨੂੰ ਚਾਹ ਨਹੀਂ ਚਾਹੀਦੀ ਤੁਹਾਡੀ, ਜਾਓ। ਅੱਗੇ ਦੀਦੀ ਆਉਂਦੇ ਤੇ ਮੈਂ ਉਸੇ ਵੇਲੇ ਮਿਲਣ ਭੱਜੀ ਜਾਂਦੀ ਸੀ, ਮੈਂ ਕਿਹਾ ਮੇਰਾ ਦਿਲ ਹੀ ਨਹੀਂ ਕੀਤਾ ਮਿਲਣ ਜਾਣ ਨੂੰ। ਸ਼ਮੀ ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਆ? ਠੀਕ ਹੈ ਮੈਂ। ਤੂੰ ਫੇਰ ਰੋਣ ਰਹੀ ਆ, ਹਜੇ ਤਾਂ ਮੈਂ ਉਦੋਂ ਸਮਝਾ ਕੇ ਗਈ ਸੀ ਕਿ ਆ ਰੋਣਾ ਧੋਣਾ ਹੁਣ ਬੰਦ ਕਰ ਦੇ, ਹੁਣ ਕੀ ਹੋਇਆ ਵਾ ਦੀਦੀ?
ਤੁਸੀਂ ਮੇਰਾ ਰੋਣਾ ਧੋਣਾ ਬੰਦ ਕਰਨ ਦੇ ਜੇ ਕਿ ਸਟਾਰਟ ਕਰਨ ਦੇ ਜੇ, ਮੈਨੂੰ ਪਹਿਲੇ ਇਹ ਜਵਾਬ ਦੇ ਦੋ। ਸ਼ਮੀ ਕੀ ਹੋਇਆ ਵਾ? ਮੈਂ ਕੱਲ ਹੀ ਸਟਾਰਟ ਕਰਨਾ ਵਾ, ਮੈਂ ਤੇ ਹਮੇਸ਼ਾ ਤੋਂ ਖੁਸ਼ ਵੇਖਣਾ ਚਾਹੁੰਦੀ ਆ ਕਿ ਤੂੰ ਖੁਸ਼ ਰਵੇਂ। ਇੱਕ ਪਾਸੇ ਤੁਸੀਂ ਮੈਨੂੰ ਹੌਸਲਾ ਦੇ ਜਾਂਦੇ ਜੇ ਤੇ ਦੂਜੇ ਪਾਸੇ ਤੁਹਾਡੀ ਸੱਸ ਆਈ ਸੀ ਰਿਸ਼ਤਾ ਲੈ ਕੇ ਕਿ ਇਹ ਦੋ ਕੁੜੀਆਂ ਦੀ ਮਾਂ ਵਾ ਤੇ ਰਾਣੀ ਨੂੰ ਰਿਸ਼ਤਾ ਕਰ ਦੋ। ਤੁਹਾਨੂੰ ਪਤਾ ਜਿੱਦਣ ਮਾਸੀ ਜੀ ਆਏ ਆ ਮੈਂ ਗੇਟ ਖੋਲਿਆ, ਮੈਂ ਪੈਰੀ ਹੱਥ ਲਾਇਆ ਤੇ ਮੈਨੂੰ ਉੱਥੇ ਹੀ ਐਂ ਕਰਤਾ ਉਹਨਾਂ ਨੇ ਕਿ ਮੇਰੇ ਪੈਰੀ ਹੱਥ ਨਾ ਲਾਓ। ਕਿਉਂ? ਜੇ ਮੈਂ ਨਿੰਬੂ ਪਾਣੀ ਦਿੱਤਾ ਉਹਨਾਂ ਨੇ ਉਹ ਨੀ ਮੇਰੇ ਹੱਥੋਂ ਪੀਤਾ। ਘੜੀ ਪਲ ਬੈਠੇ ਆ, ਮੁੜ ਕੇ ਉਹਨਾਂ ਨੇ ਸਿਮਰਤ ਨਾਲ ਉਹਨੂੰ ਜੱਫੀ ਪਾ ਕੇ ਮਿਲੇ ਆ, ਬੜਾ ਪਿਆਰ ਕੀਤਾ ਵਾ ਤੇ ਉਹਨੂੰ ਕਹਿੰਦੇ ਆ ਜਾ ਨਿੰਬੂ ਪਾਣੀ ਬਣਾ ਕੇ ਲਿਆ। ਮੰਮੀ ਦਾ ਤੇ ਦਿਮਾਗ ਹੋ ਗਿਆ ਖਰਾਬ ਤੇ ਨਾਲ ਇੱਥੇ ਮੇਰੀ ਮਾਂ ਦਾ ਵੀ ਹੋ ਗਿਆ ਵਾ। ਮੈਨੂੰ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਉਹ ਆਏ ਨੇ। ਦੀਦੀ ਉਹ ਜਨਾਨੀ ਦਾ ਕਾਹਦਾ ਦਿਮਾਗ ਖਰਾਬ ਹੈ ਪਤਾ? ਉਦਣ ਤੁਹਾਡੀ ਸੱਸ ਕੀ ਕਹਿੰਦੀ? ਕਹਿੰਦੀ ਜਿਹੜਾ ਦਰਖਤ ਪਾਣੀ ਪਾਉਣ ਦੇ ਬਾਵਜੂਦ ਵੀ ਸੁੱਕੀ ਜਾਵੇ ਉਹਨੂੰ ਪੁੱਟ ਕੇ ਬਾਹਰ ਮਾਰੋ, ਉਹਨੂੰ ਘਰ ਚ ਕਰਨਾ ਕੀ ਆ। ਸ਼ਮੀ ਤੈਨੂੰ ਮੈਂ ਅੱਗੇ ਵੀ ਸਮਝਾਇਆ ਸੀ ਬੜੀਆਂ ਗੱਲਾਂ ਹੋਈਆਂ ਵਾ, ਇਹ ਤੈਨੂੰ ਹੀ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ ਵਾ। ਆ ਪੁਰਾਣੀਆਂ ਜਨਾਨੀਆਂ ਨਾ ਆਈ ਕੁਛ ਹੀ ਕਰਦੀਆਂ ਹੁੰਦੀਆਂ ਵਾ। ਤੇ ਦੀਦੀ ਉਹਨਾਂ ਨੂੰ ਕਿੰਨੇ ਭੇਜਿਆ ਹੈ? ਮੈਂ ਤੇ ਸੋਚਿਆ ਉਹਨਾਂ ਨੂੰ ਤੁਸੀਂ ਭੇਜਿਆ ਰਿਸ਼ਤਾ ਲਿਆ ਕੇ। ਬਹੁਤ ਤੇਰਾ ਦਿਮਾਗ ਖਰਾਬ ਹੋ ਗਿਆ ਵਾ, ਮੈਂ ਉਹਨਾਂ ਨੂੰ ਕੱਲ ਇੱਥੇ ਭੇਜਣਾ ਵਾ। ਇੱਕ ਪਾਸੇ ਮੈਂ ਤੈਨੂੰ ਸਮਝਾਉਂਦੀ ਆ ਕਿ ਇਦਾਂ ਨਾ ਕਰਿਆ ਕਰ, ਇਦਾਂ ਨਾ ਕਰਿਆ ਕਰ, ਮੰਮੀ ਨੂੰ ਸਮਝਾਉਂਦੀ ਆ। ਇੱਕ ਪਾਸੇ ਮੈਂ ਆਪ ਕਹਿਣਾ ਵਾ ਕਿ ਰਿਸ਼ਤਾ ਮੈਨੂੰ ਨਹੀਂ ਰਿਸ਼ਤਾ ਚਾਹੀਦਾ, ਮੇਰੇ ਭਰਾ ਵਾਸਤੇ ਤੂੰ ਹੀ ਠੀਕ ਆ, ਆਪੇ ਮਹਾਰਾਜ ਮੇਰ ਕਰੂਗਾ। ਮੈਨੂੰ ਸਮਝ ਨਹੀਂ ਲੱਗਦੀ ਇਹ ਜਨਾਨੀਆਂ ਦੀ ਸੋਚ ਕੀ ਹੈਗੀ ਆ। ਦੱਸ ਜੇ ਨਹੀਂ ਬੱਚਾ ਹੋਇਆ ਆਪੇ ਹੋ ਜਾਊਗਾ, ਤੁਸੀਂ ਤੇ ਮੈਨੂੰ ਘਰੋਂ ਕੱਢਣ ਤੇ ਆ ਗਈਆਂ ਜੇ, ਉਹਨਾਂ ਦਾ ਰਿਸ਼ਤਾ ਹੀ ਹੋਰ ਕਰਨ ਨੂੰ ਫਿਰਨ ਡਈਆਂ ਵਾ। ਇਹ ਦੋ ਨਿਆਣਿਆਂ ਦੀ ਮਾਂ ਵਾ, ਉਹ ਨਿਆਣੇ ਕਿੰਨੇ ਸਾਹਮਣੇ ਇੱਥੇ ਮੰਮੀ ਕਰੀ ਫਿਰੂਗੀ ਨਾ ਲੈ ਕੇ ਮੁੜ ਕੇ ਉਂਗਲ ਲਾ ਕੇ, ਤੁਹਾਡਾ ਭਰਾ ਅਪਣਾ ਲੂਗਾ ਉਹਨਾਂ ਦੋ ਕੁੜੀਆਂ ਨੂੰ। ਸ਼ਮੀ ਤੈਨੂੰ ਕਹਿਣ ਤੇ ਡਈ ਆ ਇਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਿਆ ਕਰ, ਇਹਨਾਂ ਨੇ ਬੜਾ ਕੁਛ ਕਰਨਾ ਵਾ ਬਾਹਰ ਦੁਨੀਆ ਨੇ ਵੀ ਤੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਨੇ। ਜਦੋਂ ਇਹੋ ਜਿਹੀ ਕੁੜੀ ਨਾਲ ਰਾਣੀ ਦਾ ਵਿਆਹ ਕਰਤਾ ਨਾ, ਮੰਨ ਲਓ ਬੱਚਾ ਹੋ ਜਾਂਦਾ ਵਾ, ਮੰਨ ਲਓ ਇਹਦੇ ਘਰ ਮੁੰਡਾ ਆ ਜਾਂਦਾ ਵਾ, ਠੀਕ ਹੈ, ਰਾਣੀ ਨੇ ਕਰਨਾ ਉਸ ਮੁੰਡੇ ਨਾਲ ਪਿਆਰ, ਉਹਨੇ ਕਰਨਾ ਆਪਣੀਆਂ ਦੋ ਧੀਆਂ ਨਾਲ ਪਿਆਰ। ਤੁਹਾਨੂੰ ਪਤਾ ਵੀ ਨਹੀਂ, ਮੰਮੀ ਜੀ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਕਿ ਇਸ ਤੋਂ ਵੀ ਵੱਧ ਨਰਕ ਜ਼ਿੰਦਗੀ ਇੱਥੇ ਸਾਰਿਆਂ ਦੀ ਬਣ ਜਾਣੀ ਆ, ਖਾਸ ਕਰਕੇ ਰਾਣੇ ਦੀ। ਮੈਨੂੰ ਪਤਾ ਵਾ ਸ਼ਮੀ ਆ ਸਭ ਕੁਛ, ਦੂਜੇ ਬੱਚੇ ਦੂਜੇ ਹੀ ਹੁੰਦੇ ਆ, ਜੋ ਪਿਆਰ ਪਿਓ ਨੇ ਆਪਣੇ ਨੂੰ ਦੇਣਾ ਵਾ ਨਾ ਉਹ ਦੂਜਿਆਂ ਨੂੰ ਨਹੀਂ ਦੇ ਸਕਣਾ ਤੇ ਕਲੇਸ਼ ਉਨੀ ਰਹਿਣੀ ਆ। ਮੰਮੀ ਇਹਨਾਂ ਗੱਲਾਂ ਨੂੰ ਸਮਝਦੀ ਨਹੀਂ ਪਈ, ਮੈਂ ਅੱਗੇ ਵੀ ਸਮਝਾ ਕੇ ਗਈ ਸੀ ਨਾ, ਹੁਣ ਫਿਰ ਮੈਂ ਮੱਥਾ ਮਾਰਿਆ ਵਾ, ਪਰ ਉਹ ਨਹੀਂ ਰਸਤੋਂ ਮਾਸ ਹੋਣ ਦੇ। ਜਿੰਨਾ ਨਾ ਇਹ ਕੁਝ ਹੁੰਦਾ ਹੈ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਦੀਦੀ, ਜਿਹੜੀ ਆਪਣੇ ਬੱਚੇ ਲੈ ਕੇ ਆ ਜਾਂਦੀਆਂ ਤੇ ਉਹਨਾਂ ਨੂੰ ਅੱਗੋਂ ਪਿਓ ਦਾ ਪਿਆਰ ਨਹੀਂ ਮਿਲਦਾ। ਹੁਣ ਕੋਈ ਵੀ ਕੁੜੀ ਆ ਉਹ ਕਿਤੇ ਦੂਜੇ ਥਾਂ ਹੀ ਨਾ, ਫਿਰ ਉਹਨੇ ਆਸ ਰੱਖ ਕੇ ਚੱਲਣਾ ਕਿ ਮੈਨੂੰ ਇਸ ਘਰ ਵਾਲੇ ਦਾ ਪਿਆਰ ਮਿਲੇ, ਮੈਨੂੰ ਪਿਛਲੇ ਦਾ ਤੇ ਮਿਲਿਆ ਨਹੀਂ। ਤੇ ਰਾਣੇ ਨੇ ਇਹ ਆਸ ਰੱਖਣੀ ਆ ਕਿ ਮੇਰੇ ਘਰ ਪੁੱਤ ਹੋਵੇ ਤੇ ਮੈਂ ਪੁੱਤ ਨਾਲ ਪਿਆਰ ਕਰਾਂ, ਫਿਰ ਰਿਸ਼ਤੇ ਏਦਾਂ ਨਹੀਂ ਨਿਭਦੇ ਹੁੰਦੇ। ਕਮ ਸੋ ਕਮ ਹੁਣ ਤੁਹਾਨੂੰ ਇੰਨਾ ਚਾਹ ਤੇ ਹੈਗਾ ਨਾ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਤੇ ਕਰਦੇ ਹਾਂ ਨਾ, ਸਹਿਮਤੀ ਨਾਲ ਤੇ ਚੱਲਦੇ ਹਾਂ ਨਾ, ਸਾਡੇ ਚ ਕੋਈ ਮੇਰ ਤੇਰ ਤੇ ਨਹੀਂ ਨਾ ਹੈਗੀ। ਕੀ ਪਤਾ ਰੱਬ ਮੇਰ ਕਰਦੇ ਤੇ ਪੁੱਤ ਵੀ ਰੱਬ ਦੇ ਦੇ। ਦਊਗਾ ਸ਼ਮੀ, ਰੱਬ ਘਰ ਘਾਟਾ ਨਹੀਂ ਕਿਸੇ ਚੀਜ਼ ਦਾ, ਉਹ ਜ਼ਰੂਰ ਦਊਗਾ। ਪਰ ਪਤਾ ਨਹੀਂ ਕੀ ਗੱਲ ਆ, ਮੈਨੂੰ ਤੇ ਪਤਾ ਨਹੀਂ ਹੌਸਲਾ ਹੀ ਨਹੀਂ ਹੈਗਾ ਵੀ ਝੱਟ ਪੱਟ ਬਸ ਪੁੱਤ ਹੋ ਜੇ ਤੇ ਮੈਂ ਲੈ ਕੇ ਉਹਨੂੰ ਤੁਰੀ ਫਿਰਾਂ। ਬੰਦਾ ਥੋੜਾ ਹੌਸਲਾ ਰੱਖੇ ਆਪੇ ਸਾਰਾ ਕੁਛ ਠੀਕ ਹੋ ਜਾਊਗਾ। ਪਰ ਸ਼ਮੀ ਮੇਰੀ ਇੱਕ ਗੱਲ ਸੁਣ ਲਾ ਧਿਆਨ ਨਾਲ, ਮੈਂ ਆਪਣੀ ਮੰਮੀ ਨੂੰ ਕੁਛ ਨਹੀਂ ਕਿਹਾ ਇੱਦਾਂ ਦਾ ਕਿ ਉਹ ਇੱਥੇ ਆਵੇ ਤੇ ਮੰਮੀ ਨਾਲ ਕੁਛ ਗੱਲਾਂ ਕਰੇ,
ਆਹ ਤਾਂ ਆਪਣੇ ਦਿਮਾਗ ਚੋਂ ਕੀੜਾ ਕੱਢ ਦੇ। ਤੁਹਾਨੂੰ ਪਤਾ ਦੀਦੀ ਮੈਂ ਉਦਣ ਦੀ ਭਰੀ ਕੀਤੀ ਸੀ, ਮੈਂ ਇਹਨਾਂ ਨੂੰ ਕੁਝ ਨਹੀਂ ਦੱਸਿਆ। ਜੇ ਮੈਂ ਇਹਨਾਂ ਨੂੰ ਦੱਸ ਦਿੰਦੀ ਨਾ ਕਿ ਤੁਹਾਡੀ ਸੱਸ ਇਸ ਕੰਮ ਆਈ ਆ, ਉਹਨਾਂ ਨੂੰ ਪਤਾ ਉਦਣ ਕਿੰਨਾ ਜਾ ਚੜਿਆ, ਕਹਿੰਦੇ ਮਾਸੀ ਸ਼ੁਕਰ ਹੈ ਕਿਤੇ ਸਾਡੇ ਘਰ ਆਈ ਆ। ਤੇ ਜੇ ਮੈਂ ਰਣਜੀਤ ਨੂੰ ਦੱਸ ਦਿੰਦੀ ਕਿ ਮਾਸੀ ਇਸ ਕੰਮ ਆਈ ਆ, ਤੁਹਾਡਾ ਰਿਸ਼ਤਾ ਕਰਾਉਣ ਲਈ ਦੋ ਕੁੜੀਆਂ ਦੀ ਮਾਂ ਨਾ, ਤੇ ਉਹਨਾਂ ਨੇ ਪਤਾ ਕੀ ਕਹਿਣਾ ਸੀ, ਅੱਜ ਤੋਂ ਬਾਅਦ ਮਾਸੀ ਇਸ ਘਰ ਚ ਨੀ ਵੜਨੀ ਚਾਹੀਦੀ। ਬਾਕੀ ਤੂੰ ਨਾ ਆਹ ਗੱਲਾਂ ਦਿਮਾਗ ਚੋਂ ਕੱਢ ਦੇ, ਜੋ ਤੁਸੀਂ ਦੋਵੇਂ ਚੜੇ ਹੋ ਨਾ ਉਹ ਤੁਸੀਂ ਦੋਵੇਂ ਰਹਿਣਾ ਵਾ, ਤੁਹਾਡਾ ਤੀਜਾ ਨੀ ਕੋਈ ਆ ਸਕਦਾ ਵਿੱਚ। ਮੁੜ ਕੇ ਤੁਹਾਡੀ ਸੱਸ ਨੇ ਜਾ ਕੇ ਕਲੇਸ਼ ਪਾਉਣਾ ਸੀ ਘਰ ਚ ਵੀ ਤੇਰੇ ਪੇਕਿਆਂ ਨੇ ਮੈਨੂੰ ਕੱਢਤਾ ਵਾ, ਤੇਰਾ ਭਰਾ ਮੈਨੂੰ ਬੋਲਿਆ ਵਾ, ਤੇਰੀ ਭਰਜਾਈ ਬੋਲੀ ਆ, ਫਿਰ ਤਾਂ ਹੀ ਤੇ ਕਿੰਨੀ ਆ ਉਹਨਾਂ ਤੇ ਐਂਡ ਤੇ ਸਾਰਾ ਕੁਛ ਮੇਰੇ ਤੇ ਹੀ ਆ, ਸਾਰਾ ਕੁਛ ਮੇਰੇ ਚੋਂ ਨਿਕਲਣਾ ਵਾ, ਮੁੜ ਕੇ ਮੈਨੂੰ ਮਿਹਣੇ ਤੇ ਮਿਹਣੇ ਦਊਗੀ ਮਾਤਾ। ਹੁਣ ਨਾ ਬਿਲਕੁਲ ਵੀ ਟੈਨਸ਼ਨ ਨਾ ਲੈ, ਮੰਮੀ ਨਾਲ ਮੈਂ ਆਪੇ ਗੱਲ ਕਰ ਲੂੰਗੀ, ਮੰਮੀ ਦੀਆਂ ਗੱਲਾਂ ਦਾ ਨਾ ਤੂੰ ਇਧਰੋਂ ਸੁਣਿਆ ਕਰ, ਇਧਰੋਂ ਕੱਢ ਦਿਆ ਕਰ, ਬਸ ਦੋਵੇਂ ਜੀ ਖੁਸ਼ ਰਹੋ, ਹੋਰ ਕੁਛ ਨਹੀਂ ਚਾਹੀਦਾ ਮੈਨੂੰ। ਚਲੋ ਦੀਦੀ, ਮੈਨੂੰ ਤੇ ਉਦਣ ਬਹੁਤ ਗੁੱਸਾ ਆਇਆ ਸੀ ਸੁਣ ਕੇ, ਮੈਂ ਤੇ ਆਹ ਸੋਚਦੀ ਪਈ ਸੀ ਮਨ 'ਚ ਕਿ ਚੁੱਪ ਕਰਕੇ ਇਕੱਲੀ ਇੱਥੋਂ ਨਿਕਲਾਂ ਅਤੇ ਤੁਹਾਨੂੰ ਜਾ ਕੇ ਪੁੱਛਾਂ ਕਿ ਦੀਦੀ ਮੈਂ ਕੀ ਗੁਨਾਹ ਕਰਤਾ। ਮੈਂ ਤੇ ਇਹ ਸੋਚਿਆ ਸੀ ਕਿ ਸਭ ਤੋਂ ਵੱਧ ਤੁਸੀਂ ਮੇਰੀ ਹੈਲਪ ਕਰੋਗੇ ਇਸ ਕੰਮ 'ਚ, ਤੁਸੀਂ ਮੇਰੇ ਨਾਲ ਹਮਦਰਦੀ ਕਰੋਗੇ ਅਤੇ ਮੰਮੀ ਜੀ ਨੂੰ ਸਮਝਾਓਗੇ, ਮੇਰੀ ਸਪੋਰਟ ਕਰੋਗੇ। ਤੁਹਾਨੂੰ ਤਾਂ ਮੈਂ ਉਦਣ ਸਾਰਾ ਕੁਛ ਦੱਸਿਆ ਸੀ ਨਾ, ਮੇਰੇ ਨਾਲ ਘਰ 'ਚ ਕੀ ਹੋਣ ਡਿਆ ਵਾ। ਸ਼ਮੀ ਮੈਂ ਸਭ ਕੁਛ ਸਮਝਦੀ ਹਾਂ, ਅਤੇ ਪਰ ਆਹ ਦਿਮਾਗ 'ਚੋਂ ਬਿਲਕੁਲ ਕੱਢ ਦੇ ਕਿ ਮੈਂ ਇੱਦਾਂ ਦਾ ਕੁਛ ਵੀ ਕਰੂੰਗੀ ਤੇਰੇ ਪਿੱਠ ਪਿੱਛੇ। ਮੈਂ ਤੇਰੇ ਨਾਲ ਬੜਾ ਪਿਆਰ ਕਰਦੀ ਹਾਂ ਅਤੇ ਰਾਣੀ ਨਾਲ ਵੀ, ਮੈਨੂੰ ਇਹ ਕਿ ਤੁਸੀਂ ਦੋਵੇਂ ਜਣੇ ਇਕੱਠੇ ਰਹੋ ਅਤੇ ਖੁਸ਼ ਰਹੋ। ਸ਼ੁਕਰ ਹੈ ਦੀਦੀ, ਕੋਈ ਤਾਂ ਹੈਗਾ ਮੇਰੀ ਸਪੋਰਟ 'ਚ ਖੜਾ। ਮੈਂ ਤੇਰੀ ਸਪੋਰਟ 'ਚ ਹੀ ਹਾਂ, ਕੱਲ ਵੀ ਸੀ ਅੱਜ ਵੀ ਹਾਂ ਅਤੇ ਹਮੇਸ਼ਾ ਰਵਾਂਗੀ। ਹੁਣ ਧਿਆਨ ਰੱਖਿਓ ਮਾਸੀ ਜੀ ਦੁਬਾਰਾ ਇੱਥੇ ਨਾ ਆਉਣ, ਰਿਸ਼ਤਾ ਰੁਸ਼ਤਾ ਲੈ ਕੇ ਥੋੜ੍ਹਾ ਜਿਹਾ। ਕੋਈ ਨਹੀਂ, ਪਹਿਲੇ ਤਾਂ ਮੇਰਾ ਦਿਮਾਗ 'ਚ ਨਹੀਂ ਸੀ ਨਾ, ਮੈਨੂੰ ਇਹ ਕਿ ਚਲੋ ਮੰਮੀ ਆਪੇ ਚੱਲ ਜਾਂਦੇ ਆ ਅਤੇ ਤੈਨੂੰ ਕਦੇ ਆ ਜਾਂਦੇ ਆ, ਮੈਨੂੰ ਨਹੀਂ ਪਤਾ ਕਿ ਉਹ ਇੱਥੇ ਆਏ ਆ, ਮੈਂ ਮਗਰਾ ਹੀ ਆ ਜਾਣਾ ਇੱਥੇ, ਫਿਰ ਇਹਨਾਂ ਦੋਵਾਂ ਦੀ ਖਬਰ ਲੈਣੀ। ਚੱਲ ਹੁਣ ਤੂੰ ਟੈਨਸ਼ਨ ਨਾ ਲੈ, ਮੰਮੀ ਨੂੰ ਆਪੇ ਸਮਝਾ ਦੂੰਗੀ, ਠੀਕ ਆ। ਚੱਲ ਠੀਕ ਆ ਬਾਬੀ, ਫਿਰ ਮੈਂ ਚੱਲਦੀ ਹਾਂ। ਬਹਿ ਜਾ ਦੀਦੀ, ਮੈਂ ਬਸ ਰੋਟੀ ਬਣਾਉਣ ਲੱਗੀ ਸੀ। ਨਾ ਨਾ, ਕਿਸੇ ਚੀਜ਼ ਦੀ ਲੋੜ ਨਹੀਂ ਆ, ਮੈਂ ਰੋਟੀ ਖਾ ਕੇ ਹੀ ਆਈ ਸੀਗੀ, ਬਸ ਹੁਣ ਤੂੰ ਖੁਸ਼ ਰਹਿ, ਠੀਕ ਆ। ਮੈਨੂੰ ਰੋਟੀ ਵੀ ਦੱਸਣੀ ਚਾਹੀਦੀ। ਨਹੀਂ ਬਾਊ, ਕੋਈ ਗੱਲ ਨਹੀਂ, ਜੇ ਖਾਣਾ ਹੁੰਦਾ ਤਾਂ ਮੈਂ ਕਹਿ ਹੀ ਦੇਣਾ ਸੀ ਤੈਨੂੰ। ਚਲੋ ਭਾਜੀ ਨੂੰ ਨਾਲ ਲੈ ਕੇ ਆਇਓ ਫਿਰ। ਚੱਲ ਠੀਕ ਆ, ਮੈਂ ਆਵਾਂਗੀ ਕਿਸੇ ਦਿਨ। ਸਿਆਪਾ ਕਿਤੇ ਕੰਧੀ ਬਰੂਹੀ ਲਾ ਕੇ ਕਿਤੇ ਸੋਨਾ ਲਈ ਹੋਵੇ ਸੱਸ ਵਾਲੀ ਗੱਲ, ਇਹਨਾਂ ਨੇ ਤੇ ਨੀ ਬਖਸ਼ਣਾ, ਇਹਨਾਂ ਨੇ ਤਾਂ ਲਾਮਾ ਦੇ ਦੇਣਾ ਕਿ ਅੱਗੇ ਤੋਂ ਘਰ ਨਾ ਵੜਨ ਲਈ। ਮੈਂ ਤਾਂ ਦੱਸੀ ਨਹੀਂ ਆ, ਕਿੱਥੋਂ ਪਤਾ ਲੱਗਾ ਹੋਊਗਾ, ਸ਼ਾਇਦ ਕੋਈ ਹੋਰ ਗੱਲ ਹੋਵੇ। ਕੀ ਗੱਲ ਆ ਵੀਰੇ, ਛੇਤੀ ਦੱਸ, ਮੈਂ ਜਾਣਾ ਸੀ ਘਰੇ ਛੇਤੀ। ਹਾਂ ਚੱਲ ਜੀ, ਇੱਕ ਮਿੰਟ ਆ ਬੈ ਲੈ। ਅੱਛਾ ਮੇਰੀ ਗੱਲ ਸੁਣ, ਆ ਤੇਰੀ ਸੱਸ ਕੀ ਡਰਾਮੇ ਕਰਦੀ ਫਿਰਦੀ ਭਲਾ। ਡਰਾਮੇ ਕੀ ਹੋਇਆ ਵੀਰੇ? ਕੀ ਦੱਸਾਂ ਤੈਨੂੰ, ਮੇਰੀ ਗੱਲ ਸੁਣ, ਆ ਮਾਤਾ ਦਾ ਇੰਨਾ ਕੁ ਦਿਮਾਗ ਭਰਦੀ ਨਾ ਇਹ ਗੱਲਾਂ ਦੇ ਨਾਲ, ਇੱਥੇ ਰੱਖ ਕੇ ਨਾ ਗੱਲ ਤੇ ਥੋੜੀ ਨਾਲ ਠੋਕ ਠੋਕ ਕੇ ਅੰਦਰ ਕਰਦੀ, ਇਹੋ ਜਿਹਾ ਹਿਸਾਬ ਹੀ ਉਹਦਾ। ਕਿਹੜੀ ਗੱਲ ਕਰਨਾ ਵੀਰੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ। ਸਮਝ ਲੱਗ ਨਹੀਂ ਸਹੀ, ਦੱਸ ਨਾ ਤੂੰ ਕੀ ਗੱਲਾਂ ਕਰਦੀ ਹੈ, ਇੰਨੀ ਚੁੱਕਣਾ ਦਿੰਦੀ ਨਾ ਮਾਤਾ, ਤੇ ਮਾਤਾ ਤੈਨੂੰ ਪਤਾ ਪਹਿਲਾਂ ਹੀ ਹੈ ਉਹ ਪਹਿਲਾਂ ਨਹੀਂ ਕਰਦੀ।
ਤੇ ਹੋਰ ਜ਼ਿਆਦਾ ਚੁੱਕੀ ਜਾਂਦੀ, ਮਾੜਾ ਮੋਟਾ ਠੀਕ ਹੋਣ ਲੱਗਦੀ ਮੰਮੀ ਉਹ ਦਿਨ, ਦੋਵੇਂ ਜਾਣੇ ਨੂੰ ਵੇਖ ਕੇ ਬੈਠੀਆਂ ਨੇ ਵੇਖ ਕੇ ਖੁਸ਼ ਹੋਈ ਆ, ਉਹ ਫਿਰ ਆਣ ਕੇ ਅੱਗ ਲਾਉਂਦੀ ਇਹੋ ਜਿਹੀ, ਉਹ ਗੱਲ ਕਰਦੀ ਮੇਰੇ ਵਿਆਹ ਦੀ ਇਹਦੇ ਨਾਲ, ਇਹਦਾ ਵਿਆਹ ਕਰ ਦਈਏ ਬਾਰ ਬਾਰ ਆਣ ਕੇ, ਇਹ ਦੱਸ ਕੌਣ ਹੁੰਦੀ ਮੇਰੇ ਵਿਆਹ ਕਰਨ ਵਾਲੀ। ਪਰ ਵੀਰੇ ਸ਼ੰਮੀ ਤੇ ਕਹਿੰਦੀ ਮੈਂ ਦੱਸਿਆ ਨੀ ਤੈਨੂੰ ਕੁਛ, ਤੇ ਤੈਨੂੰ ਕਿੱਦਾਂ ਪਤਾ ਲੱਗਾ? ਸ਼ੰਮੀ ਨੇ ਦੱਸਿਆ ਨਾ ਤੈਨੂੰ? ਨਹੀਂ ਮੈਨੂੰ ਸ਼ੰਮੀ ਨੇ ਨਹੀਂ ਦੱਸਿਆ, ਮੈਨੂੰ ਸਾਹਿਲ ਤੋਂ ਪਤਾ ਲੱਗਾ। ਤੈਨੂੰ ਸਮਝਾ, ਤੂੰ ਨਹੀਂ ਸਮਝਾ ਸਕਦੀ, ਮੈਂ ਤੈਨੂੰ ਕਹਿ ਨਹੀਂ ਸਕਦਾ, ਨਾ ਹੀ ਮੇਰਾ ਫਰਜ਼ ਬਣਦਾ ਇਹਨੂੰ ਕੁਛ ਕਹਿਣ ਦਾ। ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ, ਮੈਂ ਆਪੇ ਗੱਲ ਕਰ ਲੂੰਗੀ, ਮੈਨੂੰ ਤੇ ਆਪ ਬੜਾ ਗੁੱਸਾ ਲੱਗਾ ਸੀ, ਮੈਨੂੰ ਤੇ ਮੰਮੀ ਤੇ ਵੀ ਗੁੱਸਾ ਵਾ ਕਿ ਤੁਸੀਂ ਗੱਲ ਹੀ ਸੁਣਨ ਦੇ ਜੇ ਉਹਨਾਂ ਦੀਆਂ ਗੱਲਾਂ। ਮੰਮੀ ਦੀ ਸਿਚੁਏਸ਼ਨ ਇੱਦਾਂ ਦੀ ਆ, ਇਸ ਗੱਲ ਤੇ ਜੇ ਵੀ ਕਿਸੇ ਨੇ ਕੋਈ ਗੱਲ ਇੱਦਾਂ ਦੀ ਕੀਤੀ ਨਾ, ਮੰਮੀ ਨੇ ਸੁਣ ਹੀ ਲੈਣੀ ਆ। ਬਲਦੀ ਦੇ ਤੇਲ ਪਾਉਣ ਵਾਲਾ ਕੰਮ ਹੈ, ਤੈਨੂੰ ਪਤਾ ਤਾਂ ਹੈ ਵਾ। ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਲੈ, ਮੈਂ ਮੰਮੀ ਨੂੰ ਆਪੇ ਸਮਝਾ ਦਾਂਗੀ, ਆਪੇ ਗੱਲ ਕਰਦੀ ਆ, ਠੀਕ ਆ? ਹਾਂ ਭੈਣ ਮੇਰੀ, ਚਾਹ ਕਰ ਗੱਲ ਉਹਦੇ ਨਾਲ। ਉਹਨੂੰ ਕਿਹਾ ਵੀ ਨਾ ਕਰ ਹੱਥ ਜੋੜੇ ਤੇਰੇ ਗੜੀ, ਪਹਿਲਾਂ ਅੱਗੇ ਥੋੜੀ ਲੱਗੀ ਘਰ ਚ ਕਿਤੇ। ਨਹੀਂ ਨਹੀਂ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ, ਮੈਂ ਆਪੇ ਗੱਲ ਕਰ ਲੈਂਦੀ ਆ, ਠੀਕ ਆ? ਹੁਣ ਨਹੀਂ ਮੰਮੀ ਆਹ ਟੌਪਿਕ ਤੇ ਗੱਲ ਨਹੀਂ ਕਰਦੇ ਇੱਥੇ ਆਣ, ਠੀਕ ਆ? ਮੈਨੂੰ ਪਤਾ, ਚੱਲ ਠੀਕ ਆ। ਹਾਂ ਸਹੀ ਆ, ਵਧੀਆ ਸਮਝਾ ਦੂਗੀ ਤੇ, ਤੇ ਮੈਂ ਮਾਤਾ ਦੇ ਮੈਂ ਸਮਝਾਉਂਗਾ ਦੂਜੀ ਤਰ੍ਹਾਂ। ਮੰਮੀ ਚਲੋ ਠੀਕ ਆ, ਮੈਂ ਚੱਲ ਰਹੀ ਹਾਂ ਫਿਰ। ਜਾਓ। ਮੰਮੀ ਗੁੱਸੇ ਹੋ ਤੁਸੀਂ? ਤੇ ਗੁੱਸੇ ਨਹੀਂ ਹੋਣਾ, ਮਾਂ ਤਾਂ ਤੈਨੂੰ ਯਕੀਨ ਨਹੀਂ ਹੈਗਾ, ਭਰਾ ਤੇ ਭਰਜਾਈ ਤੇ ਤੈਨੂੰ ਬੜਾ ਹੇਰਵਾ ਆਉਂਦਾ ਹੈ, ਮਾਂ ਦਾ ਤੈਨੂੰ ਕੋਈ ਦੁੱਖ ਨਹੀਂ ਆਉਂਦਾ, ਜਦੋਂ ਆਉਂਦੀ ਤੂੰ ਚਾਰ ਗੱਲਾਂ ਕਰਕੇ ਗਾਹ ਜਾਂਦੀ ਹੈ। ਲੈ ਮੰਮੀ ਮੇਰੀਆਂ ਗੱਲਾਂ ਦੀ ਕਿਹੜੀ ਗੱਲ ਆ, ਧੀ ਆ ਤੁਹਾਡੀ, ਮੈਂ ਕੋਈ ਬਾਹਰੋਂ ਆਣ ਕੇ ਤੁਹਾਨੂੰ ਗੱਲ ਗੱਲਾਂ ਨਹੀਂ ਕਰਦੀ ਹੁੰਦੀ, ਧੀ ਵੇਖਦੀ ਹੁੰਦੀ ਤੂੰ ਦੱਸਦੀ ਪਿਆ ਕਰਕੇ। ਤੇ ਮੰਮੀ ਜਿੱਥੇ ਗਲਤ ਹੋ ਤੇ ਉੱਥੇ ਧੀਆਂ ਕਹਿੰਦੀਆਂ ਹੀ ਆ ਕਿ ਮੰਮੀ ਆਹ ਗੱਲ ਨਹੀਂ ਸਹੀ ਹੈਗੀ। ਨਹੀਂ ਮੈਂ ਗਲਤ ਵਾਂ ਤੇ ਉਹ ਕੁਛ ਨਹੀਂ ਆ, ਮੈਨੂੰ ਗਲਤ ਕਰ ਰਹੀ ਉਹਨਾਂ ਦੇ ਵਾਸਤੇ ਮੈਂ ਗਲਤ ਕਰ ਰਹੀ। ਨਹੀਂ ਮੰਮੀ ਤੁਸੀਂ ਆਪਣੀ ਜਗ੍ਹਾ ਠੀਕ ਜੇ, ਤੂੰ ਠੀਕ ਕਰਦੇ ਪਏ ਹੋ, ਪਰ ਨਾ ਤੁਹਾਨੂੰ ਮੈਂ ਕਿੱਦਾਂ ਸਮਝਾਇਆ ਤੂੰ ਸਮਝਦੇ ਨਹੀਂ ਪਏ। ਚਲੋ ਠੀਕ ਆ, ਹੁਣ ਗੁੱਸਾ ਛੱਡੋ, ਮੈਂ ਚੱਲੀ ਜੇ। ਠੀਕ ਹੈ, ਹੱਸ ਕੇ ਕਹੋ, ਏਦਾਂ ਮੈਨੂੰ ਟੈਨਸ਼ਨ ਲੱਗੀ ਰਹਿਣੀ ਉੱਥੇ ਜਾ ਕੇ ਕਿ ਮੇਰੀ ਮਾਂ ਮੇਰੇ ਨਾਲ ਖੁਸ਼ ਨਹੀਂ ਹੈਗੀ। ਚਲੋ ਠੀਕ ਆ, ਜਾ। ਕਿਹੜੀ ਮਿੱਠੀ ਗੋਲੀ ਦਿੱਤੀ ਉਹਨੂੰ, ਇਹ ਤੇ ਇਹਦੇ ਵੱਲ ਦੀ ਮਾਸਾ ਕਿਤੇ ਗੱਲ ਨੀ ਸੁਣ ਕੇ ਰਾਜੀ ਹੈਗੀ। ਇਹ ਤੇ ਪਤਾ ਨੀ ਕਿਹੜੀ ਇਹੋ ਜਿਹੀ ਕਿਸਮਤ ਲਿਖਵਾ ਕੇ ਮੈਂ ਬਾਜੀ ਆਪਣੇ ਵੱਲ ਕਰਦੀ ਪਲਟ ਕੇ ਆਪਣੇ ਵੱਲ ਕਰ ਲੈਂਦੀ ਹੈ। ਮੈਨੂੰ ਤੇ ਇਹ ਹੋਊਗਾ ਕਿ ਚੱਲ ਘਰੋਂ ਬਾਹਰ ਨਿਕਲ ਜੂ, ਪਰ ਨਾ ਇਹਨੂੰ ਤਾਂ ਘਰੋਂ ਨੀ ਕੋਈ ਕੱਢ ਸਕਦਾ, ਸਾਰੇ ਤੇ ਇਹਦੇ ਵੱਲ ਦੀ ਗੱਲ ਕਰਦੇ ਆ। ਸਿਮਰਤ ਮੰਮੀ ਕਿੱਥੇ ਆ? ਹਾਂਜੀ ਸਾਹਿਲ ਮੰਮਾ ਘਰੇ ਹੈਗੇ। ਮੈਂ ਪਾਣੀ ਲੈ ਆਈ। ਹਾਂਜੀ ਘਰੇ ਆਇਆ ਸੀ ਕੋਈ? ਹਾਂਜੀ ਬਿਮਲ ਦੀਦੀ ਆਏ ਸੀ। ਕਿੱਥੇ ਗਏ ਮੰਮੀ? ਮੰਮੀ ਬਾਹਰ ਇੱਧਰ ਕੰਮ ਗਏ ਆ। ਮੇਰੀ ਗੱਲ ਸੁਣੋ, ਤੁਸੀਂ ਰਾਣੇ ਭਾਜੀ ਨਾਲ ਕਿਉਂ ਗੱਲ ਕੀਤੀ ਆ? ਤੇ ਮੇਰੇ ਭਾਜੀ ਆ ਉਹ, ਉਹਨਾਂ ਨਾਲ ਗੱਲ ਕਰਨੀ ਸੀ, ਉਹਨਾਂ ਨਾਲ ਨਹੀਂ ਕਰਨੀ ਤਾਂ ਹੋਰ ਕਿਹਨਾਂ ਨਾਲ ਕਰਨੀ ਸੀ ਮੈਂ?
ਸਾਹਿਲ ਤੁਹਾਨੂੰ ਪਤਾ ਵਾ ਨਾ ਕਿ ਨਿੱਕੀ ਜਿਹੀ ਗੱਲ ਤੋਂ ਕਿੰਨੀ ਗੱਲ ਵੱਧ ਜਾਣੀ ਆ। ਉਹ ਵਿਮਲ ਦੀ ਨੂੰ ਵੀ ਅੱਜ ਪੁੱਛਣ ਦੇ ਹੀ ਤੇ ਜੇ ਤਾਂ ਗੱਲ ਵੱਧਦੀ ਆ ਤਾਂ ਵੱਧ ਜਾਵੇ। ਹੁਣ ਇਹ ਥੋੜੀ ਆ ਕਿ ਸਾਰਾ ਕੁਝ ਵੇਖਦੇ ਹੋਏ ਮੈਂ ਅੱਖਾਂ ਬੰਦ ਕਰਕੇ ਤੇ ਬਹਿ ਜਾ ਚੁੱਪ ਕਰਕੇ। ਚਲੋ ਮੈਂ ਮੰਨਦੀ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਪਰ ਤੁਹਾਨੂੰ ਉਹਨਾਂ ਨਾਲ ਨਹੀਂ ਗੱਲ ਕਰਨੀ ਚਾਹੀਦੀ ਸੀ। ਤੁਹਾਨੂੰ ਪਤਾ ਹੋਣਾ ਜੇ ਮੰਮੀ ਤੱਕ ਗੱਲ ਪਹੁੰਚ ਗਈ ਨਾ ਤੇ ਦੋਵਾਂ ਦੀ ਫੇਰ ਲੜਾਈ ਹੋਣੀ ਸ਼ੁਰੂ ਹੋ ਜਾਣੀ ਆ, ਫੇਰ ਘਰ 'ਚ ਉਹੋ ਜਿਹਾ ਮੋਲ ਬਣ ਜਾਣਾ ਵਾ। ਯਾਰ ਇੱਕ ਨਾ ਇੱਕ ਦਿਨ ਤੇ ਆ ਗੱਲ ਹੋਣੀ ਹੋਣੀ ਸੀ। ਜੇ ਅੱਜ ਮੈਂ ਨਾ ਦੱਸਦਾ ਭਾਜੀ ਨੂੰ, ਕੱਲ ਨੂੰ ਬਾਹਰੋਂ ਕੋਈ ਦੱਸ ਦਿੰਦਾ ਉਹਨਾਂ ਨੂੰ ਜ਼ਿਆਦਾ ਦੁੱਖ ਲੱਗਣਾ ਸੀ ਕਿ ਮੇਰੇ ਆਪਣੇ ਨੇ ਨਹੀਂ ਮੈਨੂੰ ਦੱਸਿਆ, ਮੈਨੂੰ ਬਾਹਰੋਂ ਪਤਾ ਲੱਗਣ ਦੀ ਇਹ ਚੀਜ਼। ਤੇਰੀ ਮੰਮੀ ਤੱਕ ਉੱਧਰ ਘਰ ਵਾਲੇ ਤੱਕ ਗੱਲ ਪਹੁੰਚ ਜਾਂਦੀ ਨਾ ਤੇ ਜ਼ਿਆਦੀ ਲੜਾਈ ਵੱਧ ਜਾਣੀ ਸੀ। ਉਹ ਮੰਮੀ ਮੰਮੀ ਕਰੀ ਜਾਂਦੀ, ਕਿਹੜੀ ਮੰਮੀ ਦੀ ਗੱਲ ਕਰਨੀ ਆ? ਆਹ ਮੇਰੀ ਮੰਮੀ ਪੇਕੇ ਸਾਡੇ, ਤੇ ਤੁਹਾਨੂੰ ਪਤਾ ਤੇ ਇਹਦਾ ਲੱਕੀ ਵੀਰ ਜੀ ਦਾ ਸੁਭਾਅ, ਉਹਨਾਂ ਨੇ ਮਿੰਟ 'ਚ ਇੱਥੇ ਲੜਨਾ ਆ ਜਾਣਾ ਸੀ, ਫਿਰ ਬਾਅਦ 'ਚ ਮਾੜੀ ਜਿਹੀ ਗੱਲ ਤੇ ਉਹਨਾਂ ਨੇ ਇੰਨੀ ਗੱਲ ਬਣਾ ਦੇਣੀ ਸੀ। ਤਾਂ ਹੀ ਤੁਹਾਨੂੰ ਕਹਿੰਦੀ ਕਿ ਤੁਹਾਨੂੰ ਨਹੀਂ ਦੱਸਣਾ ਚਾਹੀਦਾ ਸੀ ਉਹਨਾਂ ਨੂੰ। ਯਾਰ ਮੈਨੂੰ ਆ ਚੀਜ਼ ਨਾਲ ਕੁਝ ਨਹੀਂ ਮਤਲਬ, ਬਸ ਮੈਂ ਇਹ ਚਾਹੁੰਦਾ ਵਾਂ ਕਿ ਭਾਬੀ ਨੂੰ ਘਰ ਦੇ ਵਿੱਚ ਕੋਈ ਨਾ ਕੱਢੇ, ਜੋ ਹੁੰਦਾ ਹੋ ਜੇ ਮੈਂ ਭਾਬੀ ਨੂੰ ਘਰ ਦੇ ਵਿੱਚੋਂ ਨਹੀਂ ਜਾਣ ਦੇਣਾ ਬਸ। ਸਾਹਿਲ ਮੈਂ ਤੁਹਾਨੂੰ ਸਮਝਦੀ ਹਾਂ, ਮੈਨੂੰ ਪਤਾ ਵਾ ਤੁਸੀਂ ਆਪਣੀ ਭਾਬੀ ਨਾਲ ਬਹੁਤ ਕਰਦੇ ਜੇ, ਮੇਰੀ ਵੀ ਭੈਣ ਆ, ਮੈਨੂੰ ਵੀ ਤਾਂ ਉਨਾ ਹੀ ਦੁੱਖ ਆ, ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਨਾ, ਕੋਈ ਗੱਲ ਕਿਸੇ ਵਕਤ ਨਹੀਂ ਕਰਨੀ ਚਾਹੀਦੀ। ਯਾਰ ਮੈਂ ਇਹ ਚੀਜ਼ ਨਹੀਂ ਸੋਚਦਾ, ਬਸ ਮੈਂ ਇੱਕੋ ਚੀਜ਼ ਸੋਚਦਾ ਵਾਂ, ਮੇਰੇ ਹੁੰਦੇ ਹੋਏ ਨਾ ਭਾਬੀ ਨੂੰ ਘਰ ਦੇ ਵਿੱਚੋਂ ਕੋਈ ਨਹੀਂ ਕੱਢ ਸਕਦਾ ਬਸ। ਸਾਹਿਲ ਮੈਂ ਤੁਹਾਡੀ ਹਰ ਗੱਲ ਨੂੰ ਸਮਝਦੀ ਹਾਂ, ਪਰ ਇਹ ਗੱਲ ਤੁਸੀਂ ਸੋਚੋ ਨਾ, ਮੰਮੀ ਇਸ ਘਰ 'ਚ ਵੱਡੇ ਆ, ਉਹ ਇਸ ਚੀਜ਼ ਨੂੰ ਸੰਭਾਲ ਲੈਣਗੇ ਆਪੇ, ਉਹਨਾਂ ਨੇ ਜੋ ਕਰਨਾ ਸਹੀ ਕਰਨਗੇ। ਵੱਡਿਆਂ ਦਾ ਮਤਲਬ ਜੋ ਕਰਨਗੇ ਉਹ ਸਹੀ ਕਰਨਗੇ? ਜੇ ਗਲਤ ਆ ਨਾ ਤੇ ਅਸੀਂ ਛੋਟੇ ਹੁੰਦੇ ਨਾ ਤੇ ਉਹਨਾਂ ਨੂੰ ਸਮਝਾ ਸਕਦੇ ਹਾਂ, ਇਹ ਨਹੀਂ ਆ ਕਿ ਉਹ ਵੱਡੇ ਆ ਜੋ ਮਰਜ਼ੀ ਕਰਨ ਅਸੀਂ ਕੁਝ ਬੋਲਣਾ ਨਹੀਂ ਆ, ਅਸੀਂ ਸਾਜਾ ਸਾਥ ਦੇਣਾ ਵਾ। ਸ਼ਮੀ ਹਾਂਜੀ, ਗੱਲ ਸੁਣ। ਬਾਰਾ ਹਾਂਜੀ ਦੱਸੋ। ਕੀ ਦੱਸਾਂ, ਤੂੰ ਮੈਨੂੰ ਗੱਲ ਦੱਸ, ਤੂੰ ਮੇਰੇ ਤੋਂ ਕਦੋਂ ਦੀ ਗੱਲਾਂ ਲਗਾਉਣ ਲੱਗੀ ਹੈ? ਗੱਲਾਂ ਮੈਂ ਕਿਹੜੀ ਗੱਲ ਲਗਾਈ ਹੈ? ਲੈ ਕਿਉਂ ਨਹੀਂ ਲਗਾਈ, ਸਾਰੀ ਗੱਲਾਂ ਲਗਾਈਆਂ ਵਾ। ਕਿਹੜੀ ਗੱਲ ਲਗਾਈ ਮੈਂ? ਮੇਰੀ ਗੱਲ ਸੁਣ, ਤੂੰ ਆਪਣੇ ਮਨ ਨੂੰ ਪੁੱਛ ਕਿਹੜੀ ਗੱਲ, ਤੈਨੂੰ ਪਤਾ ਵਾ ਸਾਰਾ। ਮੈਂ ਤੇ ਤੁਹਾਡੇ ਕੋਲ ਕੁਛ ਵੀ ਨਹੀਂ ਲਗਾਉਂਦੀ, ਇੰਨਾ ਤੇ ਤੁਹਾਨੂੰ ਵੀ ਪਤਾ ਹੀ ਆ। ਅੱਜ ਤੱਕ ਇਹੋ ਜਿਹੀ ਕੋਈ ਗੱਲ ਹੈਗੀ ਨਹੀਂ ਰਣਜੀਤ ਜਿਹੜੀ ਮੈਂ ਤੁਹਾਡੇ ਤੋਂ ਛੁਪਾਈ ਹੋਵੇ। ਯਾਦ ਕਰ ਲੈ ਫਿਰ, ਮੈਂ ਤਾਂ ਦੱਸ ਹੀ ਦੇਣਾ ਫਿਰ ਤੈਨੂੰ। ਮੈਨੂੰ ਤਾਂ ਕੁਛ ਯਾਦ ਨਹੀਂ ਆਉਂਦਾ, ਨਹੀਂ ਯਾਦ। ਦੱਸੋ ਤੁਸੀਂ। ਮੈਂ ਦੱਸਦਾ ਤੈਨੂੰ ਮੇਰੀ ਗੱਲ, ਮੇਰੇ ਵਿਆਹ ਵਾਲੀ ਗੱਲ, ਵਿਮਲ ਦੀ ਸੱਸ। ਹਾਂ ਕਈ ਖਾਨੇ ਕੁਛ ਕੀ ਲੋੜ ਪੈ ਗਈ ਤੈਨੂੰ? ਮੇਰੀ ਗੱਲ ਸੁਣ, ਆੜੀ ਤੂੰ ਰੋਨੀ ਰਹਿੰਦੀ ਨਾ, ਇਹ ਨਹੀਂ ਹੁਣ ਚੰਗਾ ਲੱਗਦਾ। ਕਿਉਂ ਰੋਨੀ ਰਹਿੰਦੀ 24 ਘੰਟੇ? ਦੱਸ, ਜੇ ਤੇਰਾ ਮੈਂ ਸਾਥ ਦਿੰਦਾ ਵਾ ਤੂੰ ਕਿਉਂ ਰੋਨੀ ਆ? ਤੈਨੂੰ ਮੈਂ ਸਿੱਧਾ ਤੇਰੇ ਕਰਕੇ ਮੰਮੀ ਨਾਲ ਬੋਲ ਪੈਂਦਾ, ਮੈਂ ਸਾਰੇ ਨਾਲ ਬੋਲ ਪੈਂਦਾ ਤੇਰੇ ਕਰਕੇ, ਨਾਲੇ ਮੈਨੂੰ ਪਤਾ ਨਹੀਂ ਵੇਖਿਆ ਫੇਰ ਰੋਣ ਲੱਗੀ। ਮੈਂ ਤੈਨੂੰ ਕਿਹਾ ਨਾ ਰੋਇਆ ਕਰ, ਮੇਰੀ ਗੱਲ ਸੁਣ, ਜੇ ਤੂੰ ਇੱਦਾਂ ਰੋਂਦੀ ਰਹਿਣਾ ਨਾ ਮੈਂ ਵਿਆਹ ਕਰਾ ਰਹੀ ਦੂਜਾ ਫਿਰ ਨਾ ਕਹੀ। ਰੋਂਦੂ ਜੀ ਇਹਨਾਂ ਨੇ ਮੈਂ ਰਹਿ ਸਕਦਾ? ਰਹਿੰਦੀ 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 ਹੱਸ ਪਿਆ ਕਰ ਕਿਤੇ। ਜੇ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਉਹ ਨਾ ਰਿਸ਼ਤਾ ਲੈ ਕੇ ਆਈ ਸੀ ਮਾਸੀ, ਦੋ ਕੁੜੀਆਂ ਦੀ ਮਾਂ ਨਾਲ ਤੁਹਾਡਾ ਰਿਸ਼ਤਾ ਕਰਨ ਡਏ ਆ, ਸਾਂਭਲੋਗੇ ਦੋ ਕੁੜੀਆਂ? ਕੀ ਕਹਿੰਦੀ ਦੋ ਕੁੜੀਆਂ? ਦੋ ਕੁੜੀਆਂ ਯਾਰ, ਦੋ ਕੁੜੀਆਂ ਦੀ ਮਾਂ ਵਾ, ਉਹਦਾ ਹਸਬੈਂਡ ਉਹਦੇ ਨਾਲ ਡਿਵੋਰਸ ਹੋਇਆ ਵਾ ਉਹਦਾ, ਤੇ ਉਹਦਾ ਰਿਸ਼ਤਾ ਲੈ ਕੇ ਆਈ ਸੀ ਮਾਸੀ ਇੱਥੇ ਵੀ ਰਣਜੀਤ ਨੂੰ ਰਿਸ਼ਤਾ ਕਰਾ ਦੋ, ਤੇ ਮੰਮੀ ਜੀ ਵੀ ਮੰਨਣ ਡਏ ਸੀ ਵੀ ਕਰ ਦਿੰਦੇ ਆ, ਕਰਾਉਣਾ ਜੇ। ਮੇਰੀ ਗੱਲ ਸੁਣ, ਭਾਵੇਂ ਕੁੜੀਆਂ ਹੋਣ ਦੋ, ਭਾਵੇਂ ਜਵਾਕ ਉਹਦੇ ਕੋਲ ਵਾਧੂ ਵੀ ਹੋਣਾ, ਕੋਈ ਗੱਲ ਨਹੀਂ ਹੈ, ਹੱਸਦੀ ਤਾਂ ਹੋਗੀ ਨਾ, ਰੋਂਦੀ ਥੋੜ੍ਹੀ ਹੋਊਗੀ ਤੇਰਿਆਂ ਨੂੰ, ਚੱਲੂਗੀ ਕਿਹੜੀ ਗੱਲ ਫਿਰ ਕਿਹੜੀ ਗੱਲ, ਰੋਂਦੀ ਤਾਂ ਨਹੀਂ ਹੋਊਗੀ।
ਰੋਇਆ ਨਾ ਕਰ ਫਿਰ। ਕਰਾਇਓ ਭਲਾ ਫਿਰ ਕਿੱਦਾਂ ਕਰਾਉਂਦੇ ਜੇ ਤੁਸੀਂ? ਕਰਾਇਓ ਫਿਰ, ਰੋਇਆ ਨਾ ਕਰ, ਚੁੱਪ ਕਰ, ਠੀਕ ਹੈ ਨਾ? ਤੈਨੂੰ ਪਤਾ ਵਾ ਮੈਂ ਕਰਾ ਲੂੰਗਾ ਵਿਆਹ ਕਿਸੇ ਨਾਲ, ਏਦਾਂ ਹੋ ਸਕਦਾ ਕਦੇ? ਬਸ ਆ ਰੋਣਾ ਛੱਡ ਦੇ, ਤੈਨੂੰ ਪਤਾ ਮੈਂ ਤੇਰਾ ਰੋਣਾ ਨਹੀਂ ਵੇਖਿਆ ਜਾਂਦਾ ਮੈਨੂੰ। ਕਿੰਨੇ ਚੰਗੇ ਆ ਨਾ, ਮੇਰਾ ਦੁੱਖ ਨਹੀਂ ਵੇਖ ਸਕਦੇ। ਜਦ ਮੈਂ ਰੋਂਦੀ ਹਾਂ ਨਾ, ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਵਾ। ਬਾਬਾ ਜੀ ਬਸ ਇੱਦਾਂ ਹੀ ਰਹਿਣ, ਕਿਸੇ ਦੇ ਕਹਿਣ 'ਤੇ ਨਾ ਬਦਲਣੇ, ਨਹੀਂ ਤਾਂ ਮੇਰੀ ਜ਼ਿੰਦਗੀ ਬਦਲ ਜਾਣੀ ਹੈ।